ਬਾਕੀ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ, ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਾਈ ਸੀ ਪਹਿਲਾਂ ਵੀ ਪਾਰਲੀਮੈਂਟ ਚ ਤੂੰ ਸਪੀਕਰ ਨਾਲ ਗੱਲ ਕਰ ਸਹੁੰ ਚੁਕਾਉਣ ਵਾਸਤੇ, ਉਹ ਮੈਂ ਗੱਲ ਕੀਤੀ ਸਾਰਾ, ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸਹੁੰ ਵਾਸਤੇ। ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ, ਉਹ ਗੱਲ ਇਹ ਹੈ, ਮੈਂ ਇਹ ਸੋਚਦਾ, ਮੇਰੇ ਮਨ ਚ ਇਹ ਨਹੀਂ ਹੈ ਵੀ ਅੰਮ੍ਰਿਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ। ਮੈਂ ਇਹ ਸੋਚਦਾ ਬਈ ਅਸੀਂ ਇਕੱਠੇ ਤੁਰੀਏ, ਉਹ ਬਾਹਰ ਆ ਜਾਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ। ਮੈਨੂੰ ਇੰਨਾ ਕੁ ਪਿੰਡਾਂ ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 MLA ਦੀਆਂ ਸੀਟਾਂ ਤਾਂ ਨਹੀਂ ਹਾਰਦਾ। ਜਿੰਨਾ ਤੁਸੀਂ ਮੈਨੂੰ ਪਿੰਡਾਂ ਚ ਜਾਣਾ ਮਾਣ ਸਤਿਕਾਰ ਦਿੰਦੇ ਹੋ, ਲੋਕੀ ਕੰਮਾਂ ਲਈ ਆਉਂਦੇ ਆ, ਫੋਨ ਕਰਦੇ ਆ, ਬਹੁਤ ਪਿਆਰ ਸਤਿਕਾਰ ਮਿਲਦਾ ਹੈ। ਹੁਣ ਅੰਮ੍ਰਿਤਪਾਲ ਬਾਹਰ ਆ ਜਾਵੇ, ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ, ਜਿਵੇਂ ਉਹ ਚਾਹੁਣਗੇ, ਜਿਵੇਂ ਅਸੀਂ ਚਾਹਵਾਂਗੇ, ਮੈਂਬਰ ਬਣਾਵਾਂਗੇ ਪਾਰਟੀ ਦੇ, ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ। ਕਿਉਂਕਿ ਸਾਧ ਸੰਗਤ, ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ। 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ, ਤੇ ਮੈਂ ਚਾਹੁੰਦਾ ਵੀ ਆਪਾਂ ਇਹ ਖੁੰਝੀਏ ਨਾ। ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਹੈ, ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ, ਮੈਨੂੰ ਸਾਰਿਆਂ ਦੇ ਫੋਨ ਆ ਲਏ, ਕਹਿੰਦੇ ਆ ਬਾਈ ਜੀ ਤੁਸੀਂ ਅਗਵਾਈ ਕਰੋ, ਅਸੀਂ ਤੁਹਾਡੇ ਨਾਲ ਤੁਰਾਂਗੇ। ਮੈਂ ਕਿਹਾ ਜੀ ਇੱਕ ਪਾਰਟੀ ਬਣਾਊਂਗਾ ਉਦੋਂ ਜਦੋਂ ਅੰਮ੍ਰਿਤਪਾਲ ਬਾਹਰ ਆਊਗਾ, ਜਾਂ ਉਹ ਮੈਨੂੰ ਕਹੇ ਬਾਈ ਜੀ ਬਾਈ ਤੁਸੀਂ ਪਾਰਟੀ ਦਾ ਗਠਨ ਕਰੋ, ਜਦੋਂ ਮੈਂ ਆਊਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ, ਬਈ ਇੰਨੇ ਤੁਸੀਂ ਕੰਮ ਸਟਾਰਟ ਕਰੋ, ਮੈਂ ਤਾਂ ਕਰੂੰਗਾ। ਮੈਂ ਇਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ, ਜਾਂ ਅੰਮ੍ਰਿਤਪਾਲ ਦੇ ਬਾਪੂ ਜੀ ਬਾਪੂ ਤਰਲੋਕ ਸਿੰਘ ਮੈਨੂੰ ਕਹਿਣ, ਬਾਪੂ ਤਰਸੇਮ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ, ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ। ਬਾਕੀ ਸਾਧ ਸੰਗਤ ਜੀ, ਇਲੈਕਸ਼ਨਾਂ ਦੀ ਤਿਆਰੀ ਕਰੋ, ਸ਼੍ਰੋਮਣੀ ਕਮੇਟੀ ਦੀ, ਵੱਧ ਤੋਂ ਵੱਧ ਪਿੰਡਾਂ ਚ ਵੋਟਾਂ ਬਣਾਓ, ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ। ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ, ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ, ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ, ਬਸ ਆਪਾਂ ਇਕੱਠੇ ਹੋ ਕੇ ਤੁਰੀਏ। ਮੈਂ ਸਮਝਦੇ ਹੋ ਨਾ ਗੱਲ, ਬਈ ਇਕੱਠੇ ਹੋ ਕੇ ਤੁਰਨਾ ਹੈ ਆਪਾਂ, ਕੋਈ ਵੀ ਹੋਵੇ ਗਿਲੇ ਸ਼ਿਕਵੇ ਉਹਦੇ ਨਾਲ ਇੱਕ ਪਾਸੇ। ਜਦੋਂ ਆਪਾਂ ਪਾਰਟੀ ਬਣਾਉਣੀ ਹੈ, ਆਪਾਂ ਕੇਰਾ ਸੱਦਾ ਸਾਰਿਆਂ ਨੂੰ ਦੇਣਾ ਹੈ, ਜੇ ਕਿਸੇ ਨੇ ਨਹੀਂ ਆਉਣਾ ਤਾਂ ਉਹਦੀ ਮਰਜ਼ੀ, ਕੇਰਾ ਅਸੀਂ ਸੱਦਾ ਸਾਰਿਆਂ ਨੂੰ ਦੇਵਾਂਗੇ। ਬਾਕੀ ਸਾਧ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ, ਤੁਸੀਂ ਮੈਨੂੰ ਇੰਨਾ ਮਾਣ ਇੱਜ਼ਤ ਬਖਸ਼ਿਆ। ਸਾਧ ਸੰਗਤ ਮੈਂ ਤੁਹਾਨੂੰ ਮਨ ਦੀ ਗੱਲ ਦੱਸਾਂ, ਮੇਰੇ ਕੋਲ ਤੀਜੇ ਦਿਨ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ, ਤੇ ਸਾਧ ਸੰਗਤ ਮੇਰਾ ਰੁਪਈਆ ਨਹੀਂ ਲੱਗਿਆ, ਉਹ ਜਿਹੜੇ ਪਹਿਲਾਂ ਵੀ ਤੇਲ ਪਵਾਏ ਸੀ ਉਹ ਵੀ ਤੁਸੀਂ ਪੂਰੇ ਕਰਤੇ ਮੇਰੇ, ਜਿਹੜੇ ਪਹਿਲਾਂ 10 ਦਿਨ ਪਵਾਇਆ ਸੀ ਤੇਲ। ਮੈਂ ਬਹੁਤ ਧੰਨਵਾਦ ਕਰਦਾ,
ਤੁਸੀਂ ਆਪ ਮੁਹਾਰੇ ਚੋਣ ਲੜੀ ਹੈ, ਬਸ ਆਪਾਂ ਇਕੱਠੇ ਹੋ ਕੇ ਰਹੀਏ। ਪਿੰਡਾਂ ਚ ਆਪਾਂ ਪਾਰਟੀ ਬਾਜੀ ਚ ਜ਼ਿਆਦਾ ਨਹੀਂ ਵੜਨਾ, ਕਿਉਂਕਿ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਆ ਨਾ ਬੰਦੇ, ਜਿੱਦਣ ਮੈਂ ਪਾਰਲੀਮੈਂਟ ਚ ਸਹੁੰ ਚੱਕੀ ਹੈ, ਝਾੜੂ ਵਾਲਾ ਸਹੁੰ ਚੱਕੇ ਤੇ ਕਾਂਗਰਸ ਵਾਲੇ ਤਾੜੀਆਂ ਮਾਰ, ਕਾਂਗਰਸ ਵਾਲਾ ਸਹੁੰ ਚੱਕੇ ਤੇ ਝਾੜੂ ਵਾਲੇ ਮਾਰਨੇ, ਸਾਰੇ ਉੱਪਰੋਂ ਇੱਕ ਹੈ ਅੰਦਰੋਂ। ਆਪਾਂ ਕਿਸੇ ਨਾਲ ਪਿੰਡ ਚ ਪਾਰਟੀ ਬਾਜੀ ਚ ਲੜਾਈ ਝਗੜਾ ਨਹੀਂ ਕਰਨਾ। ਆਪਾਂ ਪਾਰਟੀ ਆਪਣੀ ਬਣਾਉਣੀ ਹੈ ਜ਼ਰੂਰ, ਪਰ ਆਪਾਂ ਦੁਸ਼ਮਣੀ ਚ ਨਹੀਂ ਬਦਲਣਾ ਉਹ।